ਤੁਸੀਂ ਅਰਦਾਸ ਦਾ ਜ਼ਿਕਰ ਕੀਤਾ ਕਿ ਅਰਦਾਸ ਹੋਈ ਹੈ ਅਰਦਾਸ ਜਦੋਂ ਉੱਥੇ ਹੋਈ ਹੈ ਅੰਤਮ ਅਰਦਾਸ ਤੇ ਭਾਈ ਬਲਦੇਵ ਸਿੰਘ ਜੀ ਬੰਡਾਲਾ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਕਿ ਮਾਤਾ ਜਿਹੜੀ ਆ ਉਹਨੂੰ ਇੱਕ ਵੈਗਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਨਾ ਬਖਸ਼ਿਓ ਕੀ ਗੱਲ ਹਾਂ ਇਹ ਸਵਾਲ ਤੁਹਾਡਾ ਬਹੁਤ ਵੱਡਾ ਹੈ ਕਿ ਭਾਈ ਬਲਦੇਵ ਸਿੰਘ ਬੰਡਾਲਾ ਇੱਕ ਵਿਵਾਦ ਮੰਦਾ ਬੰਦਾ ਰੋਕਿਆ ਹੈ ਹੈਨਾ ਕੁਝ ਲੋਕਾਂ ਨੇ ਇਹਨੂੰ ਬੜਾ ਨੈਗੇਟਿਵ ਲੈ ਲਿਆ ਯਾਰ ਬਹੁਤ ਨੈਗੇਟਿਵ ਲੈ ਲਿਆ ਹੁਣ ਮੰਨ ਲਓ ਮੇਰੀ ਮਾਂ ਹੂੰ ਮੇਰੀ ਸਿਸਟਰ ਪ੍ਰਿੰਸੀਪਲ ਹੈ ਸ਼ਰਨਜੀਤ ਕੌਰ ਉਹਦੀ ਮਾਂ ਹੈ ਹਰਪਾਲ ਸਿੰਘ ਮਾਕੂ ਉਹਦੀ ਮਾਂ ਹੈ ਬਲਦੇਵ ਸਿੰਘ ਉਹਦੀ ਧਰਮ ਪਤਨੀ ਹੈ ਹੂੰ ਜੇ ਸਾਡੇ ਪਰਿਵਾਰ ਨੂੰ ਇਤਰਾਜ਼ ਨਹੀਂ ਤੇ ਤੀਜੇ ਬੰਦੇ ਨੂੰ ਬਈ ਜੀ ਇਤਰਾਜ਼ ਨਹੀਂ ਹੋਣਾ ਚਾਹੀਦਾ ਅਸੀਂ ਗੁਰਮਤ ਦੇ ਵਿੱਚ ਰੰਗੇ ਹੋਏ ਪਰਿਵਾਰਾਂ ਸਾਡੇ ਪਰਿਵਾਰਾਂ ਨੂੰ ਇਹੋ ਜਿਹਾ ਇਤਰਾਜ਼ ਨਹੀਂ ਹੈ ਮੈਂ ਕਹਿੰਨਾ ਮਾਂ ਕਿ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ ਜਿਹੜੀ ਅਰਦਾਸ ਕੀਤੀ ਹੈ ਉਹ ਸ਼ਬਦਾਂ ਨੇ ਜਿਹੜਾ ਮੇਰੇ ਅੰਦਰ ਨੂੰ ਸੰਤੁਸ਼ਟੀ ਦਿੰਦੀ ਹੈ ਜੇ ਹੋਰ ਸ਼ਬਦ ਵਰਤੇ ਜਾਂਦੇ ਹੋ ਸਕਦਾ ਮੇਰੇ ਅੰਦਰ ਨੂੰ ਸੰਤੁਸ਼ਟੀ ਨਾ ਆਉਂਦੀ ਉਹ ਤੁਸੀਂ ਭਾਈ ਸੁਖਜੀਤ ਸਿੰਘ ਜੀ ਖੋਸਾ ਮੈਂ ਉਥੇ ਭਾਈ ਹਰਪਾਲ ਸਿੰਘ ਬਲੇਰ ਭਾਈ ਜੁਗਿੰਦਰ ਸਿੰਘ ਜੀ ਦੇ ਰਿਆੜ ਭਾਈ ਬਲਦੇਵ ਸਿੰਘ ਜੀ ਬਡਾਲਾ ਹੋਰ ਵੀ ਕਾਫੀ ਸ਼ਖਸੀਤਾ ਸਨ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਭਾਈ ਆਪਣਾ ਵਰਜਿੰਦਰ ਸਿੰਘ ਜੀ ਪਰਵਾਨਾ ਜੀ ਇਹ ਸਾਰੀਆਂ ਸ਼ਖਸੀਤਾ ਸਨ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ ਅਰਦਾਸ ਕੀਤੀ ਹੈ ਵੀ ਸੱਚੇ ਪਾਤਸ਼ਾਹ ਮਾਂ ਨੂੰ ਚਰਨਾ ਵਿੱਚ ਨਿਵਾਸ ਨਾ ਦੇਵੀ ਇਸ ਮਾਂ ਨੂੰ ਚਰਨਾ ਵਿੱਚ ਨਿਵਾਸ ਨਾ ਇਸ ਮਾਂ ਨੂੰ ਮੁੜ ਮੁੜ ਕੇ ਦੁਨੀਆ ਦੇ ਅੰਦਰ ਭੇਜੀ ਅੱਜ ਸਾਨੂੰ ਇਹੋ ਦੀਆਂ ਔਖਾਂ ਚਾਹੀਦੀਆਂ ਨੇ ਸਾਨੂੰ ਇਹੋ ਜਿਹੇ ਪਵਿੱਤਰ ਕੁੱਖਾਂ ਚਾਹੀਦੀਆਂ ਨੇ ਜਿਨ੍ਹਾਂ ਕੁੱਖਾਂ ਦੇ ਵਿੱਚੋਂ ਮਾਂ ਕੱਲਾ ਦੁੱਧ ਨਹੀਂ ਪਿਆਉਂਦੀ ਦੁੱਧ ਦੇ ਰੱਖੀ ਮਾਂ ਆਪਣੇ ਸੰਸਕਾਰ ਵੀ ਅੰਦਰ ਭੇਜਦੀ ਏ ਸੰਸਕਾਰੀ ਮਾਮਾ ਖੋਣ ਗਿਆ ਤੇ ਇਹੋ ਜਿਹੇ ਪੁੱਤ ਅੱਗੇ ਪੈਦਾ ਹੋਣਗੇ ਮੈਨੂੰ ਕਹਿੰਦਾ ਮੈਂ ਬਹੁਤ ਵੱਡਾ ਧਰਮੀ ਹਾਂ ਪਰ ਬਈ ਦੀ ਉਹਨਾਂ ਨੇ ਇਸ ਕਰਕੇ ਕਿਹਾ ਵੀ ਉਸ ਮਾਂ ਨੇ ਦੋ ਪ੍ਰਚਾਰਕ ਤੇ ਤੀਜੀ ਧੀ ਪ੍ਰਿੰਸੀਪਲ ਹੈ ਤੇ ਤਿੰਨੇ ਹੀ ਵਿਦਿਆ ਦੇ ਖੇਤਰ ਨਾਲ ਜੁੜੇ ਹੋਏ ਹਨ ਜੇ ਮੇਰੇ ਗੁਰੂ ਕਹਿੰਦੇ ਵਿਦਿਆ ਵਿਚਾਰੀ ਤਤ ਪਰਉਪਕਾਰੀ ਹੈ ਨਾ ਪਰਉਪਕਾਰੀ ਵਰਤੀ ਇਸ ਕਰਕੇ ਉਹ ਕਹਿੰਦੇ ਵੀ ਜਿਸ ਮਾਂ ਦੀ ਕੁੱਖ ਵਿੱਚੋਂ ਦੋ ਪ੍ਰਚਾਰਕਾਂ ਨੇ ਇੱਕ ਪ੍ਰਿੰਸੀਪਲ ਨੇ ਜਨਮ ਲਿਆ ਹੈ ਕਿ ਪ੍ਰਮਾਤਮਾ ਆਪ ਜੀ ਕਿਰਪਾ ਕਰੋ ਇਹੋ ਜਿਹੇ ਸੰਸਕਾਰੀ ਮਾਮਾ ਨੂੰ ਸੰਤ ਸੁਭਾਅ ਮਾਮਾ ਨੂੰ ਮੁੜ ਮੁੜ ਕੇ ਦੁਨੀਆ ਦੇ ਵਿੱਚ ਭੇਜੋ ਹੁਣ ਤੁਸੀਂ ਇਹ ਗੱਲ ਕਰੋ ਦੱਸੋ ਜਿਸ ਦਿਨ ਦੀਪ ਸਿੱਧੂ ਦਾ ਸੰਸਕਾਰ ਹੋਇਆ ਹਮਮ ਬੜਾ ਵੱਡਾ ਕੱਟ ਸੀ ਉਸ ਕੱਟ ਦੇ ਵਿੱਚ ਇਕਲੌਤਾ ਮੈਂ ਸੀ ਹਰ ਕੋਈ ਕਹਿ ਰਿਹਾ ਸੀ ਦੀਪ ਸਿੱਧੂ ਨੂੰ ਪ੍ਰਮਾਤਮਾ ਚਰਨਾ ਵਿੱਚ ਨਿਵਾਸ ਦੇਵੇ ਮੈਂ ਉਹਦੀ ਚਿਖਾ ਤੇ ਖਲੋ ਕੇ ਕਿਹਾ ਸੀ ਮੈਂ ਕਿਹਾ ਦੀਪ ਸਿੱਧੂ ਨੂੰ ਪ੍ਰਮਾਤਮਾ ਚਰਨਾ ਵਿੱਚ ਨਿਵਾਸ ਨਾ ਦੇਵੇ ਹਮ ਕਿਉਂ ਸਾਨੂੰ ਇੱਕੋ ਦੇ ਪੰਜਾਬ ਦੇ ਪੁੱਤ ਦੁਨੀਆ ਵਿੱਚ ਭੇਜੇ ਜਿਹੜੇ ਪੰਜਾਬ ਦੀ ਗੱਲ ਕਰਨ ਸਿੱਖੀ ਦੀ ਗੱਲ ਕਰਨ ਅਸੂਲਾਂ ਦੀ ਗੱਲ ਕਰਨ ਤੇ ਮੁੜ ਮੁੜ ਕੇ ਸਾਨੂੰ ਸੁਚੇਤ ਕਰਨ ਦੁਬਾਰਾ ਦੁਬਾਰਾ ਜਨਮ ਲੈ ਲੈਣੇ ਹੁਣ ਤੁਸੀਂ ਦੇਖੋ ਖੁਦ ਮਖਤਿਆਰੀ ਦੀ ਗੱਲ ਉਸ ਬੰਦੇ ਨੇ ਕੀਤੀ ਬਿਲਕੁਲ ਉਹ ਕਹਿੰਦਾ ਵੀ ਜੇ ਤੁਹਾਡੇ ਮੰਨ ਲਓ ਤੁਸੀਂ ਕਹਿੰਦੇ ਵੀ ਇਹ ਵੀ ਐਮਐਸਪੀ ਦਾ ਰੌਲਾ ਐ ਐਮਐਸਪੀ ਖਾ ਮਸਲਾ ਤੁਹਾਡਾ ਹੱਲ ਵੀ ਹੋ ਜਾਂਦਾ ਤੇ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ ਕਿਸਾਨੀ ਦੇ ਮੁੱਦੇ ਉੱਥੇ ਹੀ ਖੜੇ ਨੇ ਸਵਾਮੀਨਾਥਨ ਰਿਪੋਰਟ ਉੱਥੇ ਹੀ ਖੜੀ ਹੈ ਕਰਜ਼ਾ ਉੱਥੇ ਹੀ ਖੜਾ ਹੈ ਕੁਛ ਨਹੀਂ ਬਦਲਿਆ ਉੱਥੇ ਹੀ ਖੜੀਆਂ ਨੇ ਪਾਣੀ ਦੇ ਮਸਲੇ ਉੱਥੇ ਹੀ ਖੜੇ ਨੇ ਉਹਨੇ ਗੱਲ ਕਹੀ ਸੀ ਮੈਂ ਉਹਦੋਂ ਗੱਲ ਕੀਤੀ ਸੀ ਮੈਂ ਕਿਹਾ ਪ੍ਰਮਾਤਮਾ ਦੀਪ ਸਿੱਧੂ ਨੂੰ ਚਰਨਾ ਵਿੱਚ ਨਿਵਾਸ ਨਾ ਦੇ ਵੀ ਮੁੜ ਮੁੜ ਕੇ ਦੁਨੀਆ ਵਿੱਚ ਭੇਜੀ ਤੇਰੇ ਪੰਜਾਬ ਨੂੰ ਇੱਕੋ ਜਿਹੇ ਪੁੱਤ ਚਾਹੀਦੇ ਨੇ ਜਿਹੜੇ ਪੰਜਾਬ ਦਾ ਭਲਾ ਕਰ ਸਕਣ ਤੇ ਜੇ ਮੇਰੀ ਮਾਂ ਦੇ ਸਸਕਾਰ ਦੇ ਉੱਤੇ ਭਾਈ ਬਲਦੀਪ ਸਿੰਘ ਬਡਾਲਾ ਨੇ ਇਹ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਇਸ ਮਾਂ ਨੂੰ ਚਰਨਾ ਵਿੱਚ ਨਿਵਾਸ ਨਾ ਦੇਵੇ ਇਹੋ ਜਿਹਾਂ ਮਾਮਾ ਨੂੰ ਮੁੜ ਮੁੜ ਕੇ ਦੁਨੀਆ ਦੇ ਵਿੱਚ ਭੇਜੀ ਬਿਲਕੁਲ ਵੀ ਇਹੋ ਜਿਹਾਂ ਕੋਖਾ ਚਾਹੀਦੀਆਂ ਮੈਂ ਕਹਿੰਦਾ ਮਸਕੀਨ ਜੀ ਨੇ ਪਿਛਲੇ ਸਮੇਂ ਵਿੱਚ ਕਥਾ ਕੀਤੀ ਸੀ ਚਲੋ ਉਹਦੇ ਨਾਲ ਕੋਈ ਐਗਰੀ ਹੈ ਜਾਂ ਨਹੀਂ ਹੈ ਪਰ ਇੱਕ ਐਗਜ਼ਾਮਪਲ ਮੈਂ ਦੇਣ ਲੱਗਾ ਹਾਂ ਉਹ ਕਹਿੰਦੇ ਉਹਨਾਂ ਦੀ ਉਦਾਹਰਣ ਹੈ ਉਹ ਕਹਿੰਦੇ ਬੜੀਆਂ ਐਸੀਆਂ ਚੰਗੀਆਂ ਰੂਹਾਂ ਨੇ ਇਸ ਕਰਕੇ ਭਟਕ ਰਹੀਆਂ ਨੇ ਵੀ ਉਹਨਾਂ ਨੂੰ ਉਸ ਲੈਵਲ ਦੀ ਇੱਕ ਕੁੱਖ ਨਹੀਂ ਮਿਲਦੀ ਪਈ ਓਕੇ ਕਿ ਉਹਨਾਂ ਦੀ ਵਾਰਡਿੰਗ ਹੈ ਹੈਨਾ ਮਤਲਬ ਕਿ ਉਹਨਾਂ ਨੂੰ ਜਿਹੜੀ ਜੋਗ ਕੁੱਖ ਮਿਲ ਨਹੀਂ ਰਹੀ ਲੋਕ ਕੁੱਖ ਦੇਖੋ ਬੀਜ ਕਿੰਨਾ ਵਧੀਆ ਹੋਵੇ ਜੇ ਧਰਤੀ ਬੰਜਰ ਹੋਵੇ ਕੀ ਕਰ ਲੋਗੇ ਧਰਤੀ ਬੰਜਰ ਦੇ ਵਿੱਚ ਤੁਸੀਂ ਬੀਜ ਵਧੀਆ ਪਾ ਦਿਓਗੇ ਉਹ ਸਾਰਾ ਸਤਿਆਨਾਸ਼ ਹੋ ਜਾਵੇਗਾ ਜੇ ਬੀਜ ਵਧੀਆ ਕੋਵੇਗਾ ਧਰਤੀ ਵਧੀਆ ਕੋਵੇਗੀ ਤੇ ਫਿਰ ਅੰਦਾਜ਼ਾ ਲਾ ਕੇ ਵੇਖੋ ਨਾ ਕੀ ਇਸ ਕਰਕੇ ਉਹਨਾਂ ਨੇ ਇਹ ਗੱਲ ਬੜੀ ਸੋਹਣੀ ਕਹੀ ਹੈ ਭਾਈ ਬਲਦੇਵ ਸਿੰਘ ਬਡਾਲਾ ਨੇ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਖੁਸ਼ ਹਾਂ ਮੈਨੂੰ ਇੰਜ ਲੱਗਦਾ ਵੀ ਉਹਦੇ ਸ਼ਬਦਾਂ ਨੇ ਭਾਈ ਬਲਦੇਵ ਸਿੰਘ ਬਡਾਲਾ ਦੇ ਸ਼ਬਦਾਂ ਨੇ ਮੇਰੇ ਮਨ ਦੇ ਵਿੱਚ ਭਾਈ ਬਲਦੇਵ ਸਿੰਘ ਬਡਾਲਾ ਦਾ ਕਦ ਹੋਰ ਉੱਚਾ ਕੀਤਾ ਮੈਨੂੰ ਇ ऐसा ਲੱਗਦਾ ਪਿਆ ਮੇਰੇ ਭਰਾ ਪ੍ਰਚਾਰ ਕੇ ਉਹਨੂੰ ਕੋਈ ਇਤਰਾਜ਼ ਨਹੀਂ ਮੇਰੇ ਪਿਤਾ ਜੀ ਨੂੰ ਕੋਈ ਇਤਰਾਜ਼ ਨਹੀਂ ਮੇਰੀਆਂ ਭੈਣਾਂ ਨੂੰ ਕੋਈ ਇਤਰਾਜ਼ ਨਹੀਂ ਮੇਰੇ ਮਾਮੇ ਮਾਸੀਆਂ ਨੂੰ ਕੋਈ ਇਤਰਾਜ਼ ਨਹੀਂ ਫਿਰ ਤੀਜਾ ਬੰਦਾ ਜਿਹੜਾ ਕੋਈ ਇਤਰਾਜ਼ ਕਰਦਾ ਤੇ ਉਹਨੂੰ ਗੁਰਮਤ ਦੀ ਸੋਝੀ ਦੀ ਘਾਟ ਹੈ ਇਸ ਕਰਕੇ ਕਰਦਾ ਉਸ ਸਮੇਂ ਖੜੇ ਨੇ ਭਾਈ ਸੁਖਜੀਤ ਸਿੰਘ ਖੋਸੇ ਜੋ ਗੁਰਮਤ ਦੇ ਜਾਣਕਾਰ ਨੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਉਹਨਾਂ ਨੇ ਆਪ ਦੇ ਹੱਥੀ ਸਾਰੀ ਮਰਿਆਦਾ ਨਿਭਾਈਏ ਇਸ ਕਰਕੇ ਕੋਈ ਕਰਮਕਾਂਡ ਨਹੀਂ ਤੇ ਜੋ ਮੈਂ ਆਪਣਾ ਅਰਦਾਸ ਕੀਤੀ ਹੈ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ 100% ਮੈਂ ਉਹਦੇ ਨਾਲ ਸਹਿਮਤੀ ਰੱਖਦਾ ਹਾਂ